ਜਗਤ ਰੇਡੀਓ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਘੰਟੀ 'ਤੇ ਕਲਿੱਕ ਕਰੋ ਤਾਂ ਜੋ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਮਿਲ ਸਕਣ ਸਭ ਤੋਂ ਪਹਿਲਾਂ। ਜ਼ਿੰਦਗੀ 'ਚ ਕਿ ਉਹਨਾਂ ਨੇ ਪਹਿਲਾਂ ਉੱਠਣਾ, ਬੱਚਿਆਂ ਨੂੰ ਬਾਅਦ 'ਚ ਉਠਾਉਣਾ।
ਦੋ ਆਪਾਂ ਚਾਹ ਦੇ ਬਣਾ ਲਓ, ਅਖਬਾਰ ਲੈਣਾ, ਕੁਰਸੀਆਂ 'ਤੇ ਬਹਿ ਕੇ ਅਖਬਾਰ ਪੜ੍ਹਨੀ, ਗੱਲਬਾਤ ਕਰਨੀ, ਅੱਜ ਕੀ ਹੋਇਆ, ਕੱਲ੍ਹ ਬਾਰੇ ਗੱਲਬਾਤ ਕਰਨੀ, ਅਤੇ ਕੱਲ੍ਹ ਜਿਹੜਾ ਬੀਤ ਗਿਆ ਉਹਦੇ ਬਾਰੇ ਗੱਲਬਾਤ ਕਰਨੀ। ਹੁਣ ਮੀਆਂ ਬੀਬੀ ਉੱਠੇ ਸੀ, ਘਰ ਵਾਲੀ ਨੇ ਮੂੰਹ ਧੋਤਾ, ਭੈਣ ਜੀ ਜਿਹੜਾ ਔਰਤ ਦਾ ਕੰਮ ਹੈ ਉਸੇ ਦੀ ਰਸੋਈ 'ਚ ਚਲੀ ਹੋ, ਅਤੇ ਪਤੀ ਦੇਵ ਨੇ ਮੂੰਹ ਧੋਤਾ, ਮਾਰਿਆ ਦਾੜੀ 'ਤੇ ਹੱਥ ਬੰਨਿਆ ਪੜ੍ਹਨਾ, ਅਤੇ ਸਿੱਧਾ ਉਹਨਾਂ ਕੁਰਸੀਆਂ ਵੱਲ ਜਾਣ ਲੱਗਿਆ ਜਿੱਥੇ ਬਹਿ ਕੇ ਉਹ ਅਖਬਾਰ ਪੜ੍ਹਦੇ। ਜਦੋਂ ਦੇਖਿਆ ਵੀ ਟੇਬਲ 'ਤੇ ਅਖਬਾਰ ਹੈ ਨਹੀਂ, ਅਤੇ ਗੁੱਟ 'ਤੇ ਨਿਗਾਹ ਮਾਰੀ, ਕਹਿੰਦਾ ਯਾਰ ਜਾਂ ਤਾਂ ਅਸੀਂ ਲੇਟ ਹੋ ਗਏ ਜਾਂ ਅੱਜ ਅਖਬਾਰ ਵਾਲਾ ਨਹੀਂ ਆਇਆ। ਇੰਨੀ ਗੱਲ ਕਹਿ ਕੇ ਬੰਦਾ ਹਾਲੇ ਕੁਰਸੀ 'ਤੇ ਬੈਠਣ ਨਹੀਂ ਲੱਗਿਆ, ਤੁਹਾਨੂੰ ਪਤਾ ਵੀ ਆਪਣੇ ਪਿੰਡਾਂ 'ਚ ਅਖਬਾਰ ਵਾਲੇ ਕਿਵੇਂ ਆਉਂਦੇ, ਹੈ ਨਾ ਜੀ। ਉਹਨਾਂ ਨੇ ਕਿਹੜਾ ਵਿਚਾਰਿਆਂ ਨੇ ਮਰਮਤੀ 'ਤੇ ਆਉਣਾ ਹੁੰਦਾ, ਸਾਈਕਲਾਂ 'ਤੇ ਆਉਣਾ, ਹੈ ਨਾ ਜੀ। ਹਾਲੇ ਗੱਲ ਕਰਕੇ ਬੰਦਾ ਕੁਰਸੀ 'ਤੇ ਬੈਠਣ ਲੱਗਿਆ, ਅਤੇ ਇੰਨੇ 'ਚ ਅਖਬਾਰ ਵਾਲੇ ਨੇ ਗੇਟ ਉੱਪਰ ਦੀ ਅਖਬਾਰ ਮਾਰਾ ਚਲਾ ਕੇ ਅਤੇ ਸਿੱਧਾ ਮੂੰਹ 'ਤੇ ਵੱਜਣਾ ਸੀ, ਪਰ ਹੱਥ ਜਾ ਕੇ ਹੁਣ ਮੇਨ ਪੇਜ 'ਤੇ ਜਦੋਂ ਨਿਗਾਹ ਖੋਲੀ ਗਈ, ਅਖਬਾਰ ਨਹੀਂ ਖੋਲਿਆ, ਮੇਨ ਪੇਜ 'ਤੇ ਜਦੋਂ ਖਬਰ ਪੜ੍ਹੀ, ਬੰਦਾ ਇੰਨਾ ਖੁਸ਼ ਹੋਇਆ ਸੀ, ਤਾਂ ਪਲਕ ਨੂੰ ਮੂੰਹ ਕਰਕੇ ਮਾਲਕ ਦਾ ਸ਼ੁਕਰੀਆ ਅਦਾ ਕਰਦਾ, ਕਹਿੰਦਾ ਵਾਹ ਵੇ ਮੇਰੇ ਮਾਲਕਾ, ਨਹੀਂ ਤਾਂ ਸਾਰੀ ਉਮਰ ਕੁਝ ਨਹੀਂ ਦਿੰਦਾ, ਪਰ ਜਦੋਂ ਦਿੰਦਾ ਤਾਂ ਛੱਪੜ ਪਾੜ ਕੇ ਦਿੰਦਾ। ਇੰਨੀ ਗੱਲ ਕਰਕੇ ਬੰਦਾ ਛੋਣ ਲੱਗਿਆ, ਨਾ ਚੋਣ ਦੂਤਰੇ ਦੀ ਲੈਤਰੇ ਦੀ, ਦੂਤਰੇ ਦੀ ਲੈਤਰੇ ਦੀ, ਦੂਤਰੇ ਦੀ ਲੈਤਰੇ ਦੀ, ਵਿਹੜੇ 'ਚ ਤਗੜ ਤਗੜ ਪਈ ਹੋਵੇ। ਜਿਹੜੀ ਘਰ ਵਾਲੀ ਚਾਹ ਬਣਾਈ ਜਾਂਦੀ ਸੀ, ਜਦੋਂ ਉਹਦੇ ਕੰਨਾਂ 'ਚ ਆਵਾਜ਼ ਗਈ, ਕਹਿੰਦੀ ਆ ਸਾਡੇ ਵਿਹੜੇ 'ਚ ਤਗੜ ਤਗੜ ਕਾਹਦੀ ਹੋਈ ਜਾਂਦੀ, ਕਿਤੇ ਕੋਈ ਡੰਗਰ ਤਾਂ ਨਹੀਂ ਖੁੱਲ੍ਹੇ। ਹੁਣ ਮੈਂ ਭੱਜ ਕੇ ਜਾ ਕੇ ਗੈਸ ਘੱਟ ਕੀਤੀ, ਅਤੇ ਰਸੋਈ 'ਚੋਂ ਜਦੋਂ ਝਾਕ ਗਿਆ, ਕਹਿੰਦੀ ਇਹ ਤਾਂ ਮੇਰੇ ਵਾਲਿਆਂ ਨੱਚੀ ਜਾਂਦੇ। ਕਹਿੰਦੀ ਗੱਲ ਕੀ ਹੋਈ, ਹਲੇ ਚਾਹ ਨਹੀਂ ਪੀਤੀ ਅਤੇ ਖਾਲੀ ਪੇਟ ਹੀ ਨੱਚੀ ਜਾਂਦੇ, ਹੁਣ ਗੈਸ ਬੰਦ ਕੀਤਾ ਅਤੇ ਜਾ ਕੇ ਨੱਚਦੇ ਦੀ ਬਾਂਹ ਫੜ ਲਈ। ਕਹਿੰਦੀ ਕਿਵੇਂ ਅੱਜ ਖਾਲੀ ਢੇਡੀ ਨੱਚੀ ਜਾਣੀ, ਕਹਿੰਦਾ ਗੱਲ ਹੀ ਨੱਚਣ ਵਾਲੀ। ਕਹਿੰਦੀ ਮੈਨੂੰ ਨਹੀਂ ਦੱਸਣਾ, ਕਹਿੰਦਾ ਸੁਣ ਲਾ, ਕਹਿੰਦਾ ਸਰਕਾਰ ਨੇ ਇੱਕ ਸਕੀਮ ਪਾਸ ਕੀਤੀ ਹੈ। ਕਹਿੰਦੀ ਕਿਹੜੀ ਸਕੀਮ, ਕਹਿੰਦਾ ਮੈਨੂੰ ਕਰਦੀ। ਕਹਿੰਦੀ ਲੈ ਦੱਸ, ਸਕੀਮ ਸਰਕਾਰ ਨੇ ਕੱਢੀ ਹੈ ਅਤੇ ਨੱਚੀ ਤੂੰ ਜਾਂਦਾ। ਕਹਿੰਦਾ ਕਮਲੀਏ ਆਪਣਾ ਦੋਨਾਂ ਦਾ ਬਹੁਤ ਗਹਿਰਾ ਵਾਸਤਾ। ਕਹਿੰਦੀ ਕਿਹੜਾ ਗਹਿਰਾ ਵਾਸਤਾ, ਕਹਿੰਦਾ ਸਰਕਾਰ ਨੇ ਉਹਨਾਂ ਲੋਕਾਂ ਨੂੰ ਨੈਣੋ ਕਾਰ ਦੇਣੀ ਹੈ ਜਿਨ੍ਹਾਂ ਦੇ ਪੰਜ ਜਵਾਕ ਨੇ। ਹੁਣ ਘਰ ਵਾਲੀ ਨੇ ਕੌੜਾ ਕਸੈਲਾ ਜਿਹਾ ਮੂੰਹ ਕੀਤਾ, ਰਸੋਈ ਵੱਲ ਚਲੀ ਗਈ, ਬੰਦਾ ਫਿਰ ਤੋਂ ਨੱਚਣ ਲੱਗ ਗਿਆ। ਪਤਾ ਨਹੀਂ ਕੀ ਦਿਮਾਗ 'ਚ ਆਇਆ, ਬਹਿ ਕੇ ਗੇਰ ਪਾ ਕੇ ਨੱਚਦੇ ਦੀ ਬਾਂਹ ਫੇਰ ਫੜ ਲਈ। ਕਹਿੰਦੀ ਕਮਲੀ ਮੈਂ ਨਹੀਂ, ਕਮਲਾ ਤੂੰ ਹੈ। ਕਹਿੰਦਾ ਕਿਉਂ, ਕਹਿੰਦੀ ਆਪਣੇ ਪੰਜ ਨਹੀਂ ਤਿੰਨ ਹੀ ਨੇ। ਕਹਿੰਦਾ ਰਹੀ ਲੱਲੀ ਦੀ ਲੱਲੀ, ਰਹੀ ਝੱਲੀ ਦੀ ਝੱਲੀ। ਕਹਿੰਦਾ ਕਮਲੀਏ ਜਿਹੜਾ ਮੋਟਰ 'ਤੇ ਪਰਿਵਾਰ ਹੈ ਉਹਨਾਂ 'ਚੋਂ ਦੋ ਆਪਣੇ ਨੇ। ਹੁਣ ਘਰ ਵਾਲੀ ਕੁਝ ਨਾ ਬੋਲ, ਕੁਝ ਨਹੀਂ ਬੋਲੀ, ਸਿੱਧੇ ਸਿੱਧੀ ਰਸੋਈ 'ਚ ਚਲੀ ਗਈ। ਹੁਣ ਜਦੋਂ ਕਹਿੰਦੇ ਬੰਦੇ ਨੂੰ ਫਰੀ ਦੀ ਚੀਜ਼ ਮਿਲਣੀ ਹੈ, ਬੰਦਾ ਕਿਤੇ ਡਿੱਗਦਾ, ਨਹਾਤਾ ਧੋਤਾ ਫਟਾਫਟ ਗਰਮ ਗਰਮ ਚਾਹ ਅੰਦਰ ਸਿੱਟੀ, ਬੰਨਿਆ ਪਰਨਾ, ਅਤੇ ਪੰਜ ਕੁ ਘੰਟਿਆਂ ਬਾਅਦ ਪਿੰਡ 'ਚੋਂ ਗੇੜੀ ਦੇ ਕੇ ਹੁਣ ਮੇਨ ਗੇਟ 'ਤੇ ਖੜ ਕੇ ਆਵਾਜ਼ ਮਾਰਦਾ, ਕਹਿੰਦਾ ਭਾਗਵਾਨ ਆ ਜਾ। ਹੁਣ ਭਾਗਵਾਨ ਵਿਚਾਰੀ ਭਾਰੇ ਭਾਰੇ ਕਦਮਾਂ ਦੇ ਨਾਲ ਮੇਨ ਗੇਟ 'ਤੇ ਪਹੁੰਚ ਗਈ, ਪਹਿਲਾਂ ਜੱਟ ਦੇ ਖੱਬੇ ਝਾਕਦੀ ਹੈ, ਫਿਰ ਸੱਜੇ ਝਾਕਦੀ ਹੈ। ਕਹਿੰਦੀ ਕੀ ਹੈ, ਕਹਿੰਦਾ ਕੀ ਹੈ ਕੀ ਮੋਟਰਾਂ ਦੇ ਦੋ ਆ ਗਏ ਘਰ ਵਾਲੇ ਤਿੰਨ ਕੱਢ। ਕਹਿੰਦੀ ਕੰਨ ਕਰ ਇੱਧਰ, ਜਦੋਂ ਨੇੜੇ ਕੰਨ ਕੀਤਾ, ਕਹਿੰਦੀ ਜਿਹਦੇ ਸੀਗੇ ਉਹ ਲੈ ਗਏ, ਤੈਨੂੰ ਲੈ ਲਓ ਕਾਰ ਚਾਹੀਦੀ ਹੈ। ਕਹਿੰਦੀ ਭਾਈ ਕਿਸੇ ਹੋਰ ਨੂੰ ਵੀ ਚਾਹੀਦੀ ਹੈ, ਜ਼ਰੂਰੀ ਨਹੀਂ ਵੀ ਤੂੰ ਹੀ ਲੋਕਾਂ ਦੇ ਘਰੇ ਗਿਣਤੀਆਂ ਵਧਾਉਣਾ ਰਹੇ, ਕੋਈ ਤੇਰੇ ਵੀ ਵਧਾ ਗਿਆ। ਜੇ ਆਪਾਂ ਕਿਸੇ ਦੇ ਪਿੱਛੋਂ ਦੀ ਜਾਂਦੇ, ਹੋ ਸਕਦਾ ਕੋਈ ਫਰੰਟ ਆਪਣਾ ਮੰਨ ਕੇ ਬੈਠਾ ਹੋ, ਜੇ ਕਿਸੇ ਦੇ ਫਰੰਟ ਜਾਂਦੇ, ਹੋ ਸਕਦਾ ਕੋਈ ਆਪਣੀ ਬੈਕ ਵੱਲੀ ਬੈਠਾ ਹੋ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ, ਚੋਰ ਭਾਵੇਂ ਪੈਸੇ ਦਾ ਭਾਵੇਂ ਇਸ਼ਕ ਦਾ, ਹਰ ਚੋਰ ਨੂੰ ਇੱਕ ਵਾਰ ਆਪਦਾ ਗੇਟ ਜ਼ਰੂਰ ਦੇਖ ਲੈਣਾ ਚਾਹੀਦਾ ਹੈ, ਕਿਉਂਕਿ ਹਰ ਚੋਰ ਦੇ ਘਰੇ ਸਮਾਨ ਹੈ, ਕਿਸੇ ਦੇ ਥੋੜ੍ਹਾ ਕਿਸੇ ਦੇ ਬਣ। ਜੇ ਇਸ ਸਮਾਨ 'ਤੇ ਹੱਕ ਜਤਾਉਣਾ, ਮੁੱਢ ਨੂੰ ਪਹਿਲਾਂ ਧਰਤੀ ਨਾਲ ਵਫਾਦਾਰੀ ਕਰਨੀ ਪੈਂਦੀ ਹੈ। ਕਹਿੰਦੀ ਜੇ ਗਦਾਰੀ ਕਰ ਲਈ, ਫਿਰ ਨਾ ਫਲ ਆਪਦੇ, ਨਾ ਟਾਹਣੀਆਂ ਆਪਦੇ, ਅਤੇ ਨਾ ਪੱਤੇ ਆਪਦੇ। ਕਹਿੰਦੇ ਟਾਹਣੀਆਂ ਗੁਆਂਢੀਆਂ ਦੇ ਘਰੇ ਜਾ ਕੇ ਡਿੱਗਦੀਆਂ ਨੇ, ਪੱਤੇ ਨਾਲ ਦੇ ਪਿੰਡ 'ਚ ਜਾ ਕੇ ਡਿੱਗਦੇ ਨੇ, ਅਤੇ ਇਹੋ ਜਿਹੇ ਦਰਖਤਾਂ ਨੂੰ ਫਿਰ ਫਲ ਨਹੀਂ ਲੱਗਦੇ, ਬੇਵਫਾਈਆਂ ਦੇ ਫਲ ਕਦੇ ਨਹੀਂ। ਕਹਿੰਦੇ ਜਦੋਂ ਵਫਾਈ ਦੇ ਫੁੱਲ ਉੱਗਦੇ ਨੇ, ਫਿਰ ਸੱਤ ਪੀੜ੍ਹੀਆਂ ਤੱਕ ਖਾਈ ਚੱਲੋ ਮੁੱਕਦੇ। ਪਰ ਇਹ ਕੱਲ ਯੁੱਗ ਹੈ, ਅਸੀਂ ਜਿਨ੍ਹਾਂ ਨੂੰ ਪਿਆਰ ਕਰਦੇ ਹਾਂ, ਦੁਆਵਾਂ ਕਰਦੇ ਹਾਂ, ਉਹੀ ਇੱਕ ਦਿਨ ਨਹੀਂ ਖੜ੍ਹਦੇ। ਪੇਰੈਂਟਸ 10 ਬੱਚਿਆਂ ਨੂੰ ਸੰਭਾਲ ਲੈਂਦੇ ਨੇ ਇੱਕ ਦਿਹਾੜੀ ਕਰਕੇ, ਅਤੇ ਪਰ 10 ਬੱਚੇ ਦੋ ਮਾਂ ਬਾਪ ਨੂੰ ਨਹੀਂ ਸੰਭਾਲ ਸਕਦੇ। ਇਸੇ ਕਰਕੇ ਫਿਰ ਇੱਕ ਦਿਨ ਉਹ ਸ਼ਿਕਾਇਤ ਕਰਦੇ ਨੇ ਕਿ ਅਸੀਂ ਜਿਨ੍ਹਾਂ ਲਈ ਸੀ ਮੰਗਦੇ ਦੁਆਵਾਂ, ਉਹੀ ਉਹ ਸਾਨੂੰ ਮਾਰ ਗਏ, ਬੜਾ ਕੀਤੀਆਂ ਜਿਨ੍ਹਾਂ ਨੂੰ ਹੱਥੀ ਛਾਵਾਂ, ਉਹ ਭੁੱਲ ਸਾਡਾ ਪਿਆਰ ਗਏ, ਉਹ ਭੁੱਲ ਸਾਡਾ ਪਿਆਰ ਗਏ, ਉਹ ਭੁੱਲ ਸਾਡਾ ਪਿਆਰ। ਹਿੰਦੁਸਤਾਨ ਵਾਲਿਆਂ ਨੂੰ, ਪੰਜਾਬ ਵਾਲਿਆਂ ਨੂੰ ਐਂ ਲੱਗਦਾ ਕਿ ਤੁਸੀਂ ਬਹੁਤ ਸੌਖੇ ਹੋ, ਮੈਂ ਬਹੁਤ ਸੌਖੀ, ਤੁਹਾਨੂੰ ਐਂ ਲੱਗਦਾ ਵੀ ਯਾਰ ਇੱਥੇ ਮਸ਼ੀਨ ਵਾਂਗੂ ਭੱਜੇ ਫਿਰਦੇ ਨੇ, ਉਹ ਬਾਹਲੇ ਸੌਖੇ ਨੇ। ਪਰ ਦਰਦ
ਬੰਦੇ ਦੇ ਪੱਲੇ ਨਾਲ ਬੰਨੇ, ਕਿਸੇ ਦੇ ਥੋੜ੍ਹਾ ਕਿਸੇ ਦੇ ਬਣ। ਇਸੇ ਕਰਕੇ ਇਹ ਦਰਦ ਇੱਕ ਐਸੀ ਚੀਜ਼ ਹੈ, ਕੋਈ
ਕਹਿੰਦੇ ਦੁਸ਼ਮਣ ਤੋਂ ਕਦੇ ਨਾ ਡਰੋ, ਕਿਉਂਕਿ ਦੁਸ਼ਮਣ ਜਦੋਂ ਵੀ ਆਉਂਦਾ ਲਾਲਕੜਾ ਮਾਰ ਕੇ ਆਉਂਦਾ ਵੀ ਬਚ। ਕਹਿੰਦੇ ਹਮੇਸ਼ਾ ਰਿਸ਼ਤਿਆਂ ਤੋਂ ਡਰੋ, ਜਿਹੜੇ ਰਿਸ਼ਤਿਆਂ ਦੇ ਅੰਦਰ ਦੁਸ਼ਮਣ ਬੈਠੇ ਹੈ ਨਾ, ਉਹਨਾਂ ਨੂੰ ਆਹ ਦਿਲ ਦੇ ਅੱਖ ਪਛਾਣ ਨਹੀਂ ਸਕਦੇ। ਅਤੇ ਡੋਬਦੇ ਵੀ ਇਸ ਤਰੀਕੇ ਨਾਲ ਹੈ ਵੀ ਝਨਾ ਦੇ ਵਿਚਾਲੇ ਲੈ ਜਾਂਦੇ ਅਤੇ ਗਲੇ 'ਚ ਬਾਹਵਾਂ ਪਾ ਲੈਂਦੇ ਪਿਆਰ ਨਾਲ, ਡੁੱਬਣ ਦਾ ਅਹਿਸਾਸ ਵੀ ਨਹੀਂ ਹੋਣ ਦਿੰਦੇ। ਅਤੇ ਆਪ ਪੱਤਣਾ ਅਮਨ ਕੋਮਲ ਜੀ।